ਅੱਜ ਜ਼ਿਲ੍ਹਾ ਸੰਗਰੂਰ ਦੇ ਵਿੱਚ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀਬਾੜੀ ਬਿੱਲ ਪਾਸ ਕਰਕੇ ਪਹਿਲਾਂ ਹੀ ਕਿਸਾਨਾਂ ਦੇ ਨਾਲ ਧੱਕਾ ਕੀਤਾ ਹੈ ਜਿਸ ਦੇ ਲਈ ਕਿਸਾਨ ਕਈ ਮਹੀਨਿਆਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਤੇ ਕੇਂਦਰ ਸਰਕਾਰ ਦੇ ਕੋਲੋਂ ਇਹਨਾਂ ਬਿੱਲਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਹੁਣ ਇੱਕ ਹੋਰ ਧੱਕਾ ਕਿਸਾਨਾਂ ਦੇ ਨਾਲ ਕਰਨ ਜਾ ਰਹੀ ਹੈ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਸਾਡੀਆਂ ਜ਼ਮੀਨਾਂ ਹੜਪਣਾ ਚਾਹੁੰਦੀ ਹੈ ਕਿਉਂਕਿ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਦੇ ਵਿੱਚ ਇੱਕ ਹਾਈਵੇ ਬਣਨ ਜਾ ਰਿਹਾ ਜਿਸ ਦੇ ਲਈ ਪੰਜਾਬ ਦੇ ਵਿੱਚ ਜ਼ਮੀਨ ਦੀ ਜ਼ਰੂਰਤ ਪੈ ਸਕਦੀ ਹੈ ਇਸ ਦੇ ਚੱਲਦੇ ਉਹ ਕਿਸਾਨਾਂ ਦੇ ਉੱਤੇ ਦਬਾਅ ਪਾ ਰਹੇ ਨੇ ਕਿ ਉਹ ਆਪਣੀ ਜ਼ਮੀਨ ਦੇਣ ਤੇ ਪੰਜਾਬ ਦੇ ਕਿਸਾਨ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਿਲਕੁਲ ਵੀ ਖੁਸ਼ ਨਹੀਂ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਸੂਬਾ ਸਰਕਾਰ ਜਾਂ ਕੇਂਦਰ ਸਰਕਾਰ ਸਾਡੇ ਉੱਤੇ ਕੋਈ ਧਿਆਨ ਨਾ ਦੇਵੇ ਪਰ ਸਾਡਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਹੱਲ ਨਹੀਂ ਨਿਕਲਦਾ ਤੇ ਅਸੀਂ ਆਪਣੇ ਅੰਦੋਲਨ ਨੂੰ ਹੋਰ ਵੀ ਤੇਜ਼ ਕਰਾਂਗੇ ਇਹਦਾ ਸਾਡਾ ਮੇਨ ਮੁੱਦਾ ਇਹ ਹੈਗਾ ਕਿ ਜਿਹੜੀ ਇੰਨੀ ਸੈਵਨ ਜੰਮੂ ਦਿੱਲੀ ਤੋਂ ਜੰਮੂ ਕਟੜਾ ਰੋਡ ਬਣ ਰਹੀ ਹੈ ਇਹ ਇਹਦੇ ਸੰਬੰਧ ਦੇ ਵਿੱਚ ਅਸੀਂ ਕਰ ਰਹੇ ਹਾਂ ਕਿਉਂਕਿ ਤੁਹਾਨੂੰ ਪਹਿਲਾਂ ਹੀ ਪਤਾ ਹੈਗਾ ਵੀ ਸੈਂਟਰ ਗੌਰਮੈਂਟ ਨੇ ਤਿੰਨ ਕਾਲੇ ਕਾਨੂੰਨ ਬਣਾਏ ਹੋਏ ਨੇ ਖੇਤੀ ਦੇ ਸੰਬੰਧੀ ਇੱਕ ਬਿਜਲੀ ਸੰਬੰਧੀ ਬਣਾਇਆ ਹੋਇਆ ਹੈਗਾ ਅਤੇ ਇੱਕ ਪਰਾਲੀ ਸਾੜਨ ਸੰਬੰਧੀ ਬਣਾਇਆ ਹੋਇਆ ਹੈ ਪੰਜ ਦੇ ਪੰਜ ਕਾਨੂੰਨ ਕਿਸਾਨ ਵਿਰੋਧੀ ਨੇ ਪੰਜਾਬ ਵਿਰੋਧੀ ਨੇ ਅਤੇ ਇਹਨਾਂ ਦੇ ਪ੍ਰਤੀ ਸਾਡਾ ਉੱਥੇ ਬਹੁਤ ਵੱਡਾ ਸੰਘਰਸ਼ ਚੱਲ ਰਿਹਾ ਪਿਛਲੇ 3 ਮਹੀਨੇ ਤੋਂ ਅਤੇ ਹੁਣ ਵੀ 21 ਦਿਨ ਤੋਂ ਅਸੀਂ ਸਿੰਘੂ ਬਾਰਡਰ ਟਿੱਕਰੀ ਬਾਰਡਰ ਗਾਜੀਪੁਰ ਬਾਰਡਰ 'ਤੇ ਸਾਡਾ ਸਾਰਾ ਪੰਜਾਬ ਉੱਥੇ ਬੈਠਾ ਹੈਗਾ ਉਹਨਾਂ ਦੀ ਗੈਰ ਹਾਜ਼ਰੀ ਦੀ ਆੜ ਦੇ ਵਿੱਚ ਹੀ ਸੈਂਟਰ ਗੌਰਮੈਂਟ ਨੇ ਸਾਡੇ 'ਤੇ ਇੱਕ ਹੋਰ ਕੁਹਾੜਾ ਮਾਰਤਾ ਉਹ ਕੁਹਾੜਾ ਇਹ ਹੈ ਕਿ ਇਹਨਾਂ ਨੇ ਇੰਨੀ ਸੈਵਨ ਇੱਕ ਐਕਸਪ੍ਰੈਸ ਵੇ ਬਣਾਉਣੀ ਹੈ ਕਹਿੰਦੇ ਭਾਰਤ ਮਾਲਾ ਦਾ ਇਹ ਹਿੱਸਾ ਹੈਗਾ ਜਦਕਿ ਉਸ ਦਾ ਪੰਜਾਬ ਨੂੰ ਲਾਭ ਕੋਈ ਨਹੀਂ ਉਸ ਨੇ ਸਾਡੀ 1 ਲੱਖ ਏਕੜ ਦੇ ਕਰੀਬ ਤਾਂ ਸਾਡੀ ਜ਼ਮੀਨ ਰੋਕ ਲੈਣੀ ਹੈ ਲੱਖਾਂ ਘਰ ਢਾ ਦੇਣੇ ਨੇਗੇ ਦਰਖਤ ਵੱਢੇ ਜਾਣੇ ਨੇ ਪੋਲਿਊਸ਼ਨ ਵੱਧ ਜਾਣਾ ਹੈਗਾ ਬੇਰੁਜ਼ਗਾਰੀ ਫੈਲ ਜਾਣੀ ਹੈ ਇਹ ਸਿਰਫ ਅਤੇ ਸਿਰਫ ਹੁਣ ਇਸ ਵੇਲੇ ਜਿਹੜਾ ਦੇਸ਼ ਦਾ ਸਾਡੀ ਸੈਂਟਰ ਗੌਰਮੈਂਟ ਦਾ ਅਤੇ ਪੰਜਾਬ ਗੌਰਮੈਂਟ ਦਾ ਟਰੈਂਡ ਚੱਲ ਰਿਹਾ ਹੈਗਾ ਉਹ ਇਹ ਹੈ ਕਿ ਕਾਰਪੋਰੇਟ ਘਰਾਣੇ ਜਿਹੜੇ ਹੈਗੇ ਅਡਾਨੀ ਅਬਾਨੀ ਬਿਰਲਾ ਟਾਟਾ ਡਾਲਮੀਆ ਸੰਘਾਨੀਆਂ ਇਹਨਾਂ ਨੂੰ ਕਿਸੇ ਤਰ੍ਹਾਂ ਸਾਰੇ ਦਾ ਸਾਰਾ ਹਿੰਦੁਸਤਾਨ ਸਾਰੇ ਦਾ ਸਾਰਾ ਪੰਜਾਬ ਇਹਨਾਂ ਨੂੰ ਸੁਆ ਦਿੱਤਾ ਜਾਵੇ ਅਤੇ ਸਾਨੂੰ ਥੋੜ੍ਹਾ ਜਿਹਾ ਗਿੱਲਾ ਇਸ ਗੱਲ 'ਤੇ ਵੀ ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਿ ਚਲੋ ਸੈਂਟਰ ਗੌਰਮੈਂਟ ਤਾਂ ਸਾਡੇ ਖਿਲਾਫ ਹੈ ਪੰਜਾਬ ਗੌਰਮੈਂਟ ਵੀ ਸਾਡੇ ਖਿਲਾਫ ਹੈ ਕਿਉਂਕਿ ਪੰਜਾਬ ਗੌਰਮੈਂਟ ਦਾ ਘੱਟੋ ਘੱਟ ਉਹਨੇ ਜ਼ਮੀਨ ਖਰੀਦ ਇੱਥੋਂ ਅਕਿਓਰ ਕਰਕੇ ਦੇਣੀ ਹੈ ਉਹਨੇ ਵੀ ਕੋਈ ਮਤਾ ਨਹੀਂ ਪਾਇਆ ਨਾ ਉਹਨੇ ਰੋਕਣ ਦੀ ਕੋਈ ਕੋਸ਼ਿਸ਼ ਕੀਤੀ ਹੈ ਜੇ ਅਸੀਂ ਐਸ ਡੀ ਓ ਨੂੰ ਮਿਲਦੇ ਹਾਂ ਕਹਿੰਦਾ ਮੇਰੇ ਕੋਲ ਕੋਈ ਅਥਾਰਟੀ ਨਹੀਂ ਜੇ ਅਸੀਂ ਡੀ ਸੀ ਨੂੰ ਮਿਲਦੇ ਹਾਂ ਡੀ ਸੀ ਸਾਹਿਬ ਕਹਿੰਦੇ ਮੇਰੇ ਕੋਲ ਕੋਈ ਪਾਵਰ ਨਹੀਂ ਮੈਂ ਤਾਂ ਹੈਰਾਨ ਇਸ ਗੱਲ 'ਤੇ ਵੀ ਕਿਸਾਨਾਂ ਕੋਲ ਕਿਹੜੀ ਪਾਵਰ ਹੈ ਵਿਚਾਰੇ ਕਿਵੇਂ ਲੜਨ ਸਾਡੇ ਕੋਲ ਤਾਂ ਇੱਕੋ ਹੀ ਚੀਜ਼ ਰਹਿ ਜਾਂਦਾ ਸੰਘਰਸ਼ ਸੜਕਾਂ 'ਤੇ ਬੈਠਣਾ ਬੈਠੇ ਹਾਂ ਜੀ ਜਿਵੇਂ ਪੁਰਾਣੇ ਸਮੇਂ 'ਚ ਅੰਗਰੇਜ਼ਾਂ ਵੇਲੇ ਜਾਂ ਦੇਸ਼ ਆਜ਼ਾਦ ਕਰਨ ਲਈ ਲੜ ਰਹੇ ਸੀ ਉਵੇਂ ਅਸੀਂ ਲੜਾਈ ਲੜ ਰਹੇ ਹਾਂ ਹੁਣ ਇਸ ਵੇਲੇ ਸੰਗਰੂਰ ਤੋਂ ਟੋਨੀ ਸ਼ਰਮਾ ਦੀ ਰਿਪੋਰਟ ਦੇ ਨਾਲ ਦੀ ਟੀਵੀ ਐਨਆਰਆਈ